ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫਿਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ, ਜੋ ਕਿ ਪੰਜਾਬ ਦੀ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ, ਜਿਸਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ। ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈੱਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓਗੇ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਜਿਹੜਾ ਤੁਸੀਂ ਕਰ ਸਕਦੇ ਹੋ। ਕਿੱਦਾਂ ਅਪਲਾਈ ਕਰਨਾ ਹੈ ਜੀ, ਉਹ ਵੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ 'ਚ ਹੀ ਦੇਵਾਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਇਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈੱਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਜਿਹੜਾ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ। ਅੱਜ ਜਿਹੜੀਆਂ ਭਰਤੀਆਂ ਦੀ ਗੱਲ ਕਰਨ ਵਾਲੇ 'ਚ ਵੱਖ ਵੱਖ ਭਰਤੀਆਂ ਆਊਟ ਹੋਈਆਂ ਨੇ, ਸੋ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੇਵਾਂਗਾ। ਸੋ ਇਹ ਲੋਕੇਸ਼ਨ ਜਿਹੜੀ ਹੈ ਪੰਜਾਬ, ਇਹਨਾਂ ਵੈਕੈਂਸੀਜ਼ ਦੇ ਲਈ ਸਭ ਤੋਂ ਪਹਿਲਾਂ ਤਾਂ ਪੋਸਟ ਦੀ ਗੱਲ ਕਰਦੇ ਹਾਂ ਜੀ, ਜਿਸ ਦੇ ਵਿੱਚ ਰਜਿਸਟਰਾਰ ਦੀ ਪੋਸਟ ਹੈ, ਜਿਸ ਦੇ ਵਿੱਚ ਤੁਹਾਡੀ ਸੈਲਰੀ 1,44,000 ਤੋਂ ਲੈ ਕੇ 2,18,000 ਰਹੇਗੀ। ਇੱਕ ਪੋਸਟ ਆਊਟ ਕੀਤੀ ਗਈ ਹੈ, ਸੁਪਰਡੈਂਡਿੰਗ ਇੰਜੀਨੀਅਰ ਦੀ ਇੱਕ ਹੈ। ਵੱਡੀਆਂ ਵੱਡੀਆਂ ਪੋਸਟਾਂ ਦੇਖ ਕੇ ਡਰ ਨਾ ਜਾਣਾ, ਅੱਗੇ ਹੋਰ ਵੀ ਵੈਕੈਂਸੀਜ਼ ਹੈਗੀਆਂ ਨੇ। ਸੋ ਇਸਦੇ ਵਿੱਚ 1,23,000 ਤੋਂ ਲੈ ਕੇ 2,15,000 ਸੈਲਰੀ ਰਹੇਗੀ। ਡਿਪਟੀ ਲਾਇਬ੍ਰੇਰੀਅਨ ਦੀ ਵੈਕੈਂਸੀ ਹੈ ਜੀ, ਇੱਕ ਪੋਸਟ ਆਊਟ ਕੀਤੀ ਗਈ ਹੈ, 79,000 ਤੋਂ ਲੈ ਕੇ 2,00,000 ਤੱਕ ਤੁਹਾਡੀ ਸੈਲਰੀ ਹੈ। ਸਪੋਰਟਸ ਆਫਿਸਰ ਦੀ ਵੈਕੈਂਸੀ ਹੈ ਜੀ, ਇੱਕ ਪੋਸਟ ਹੈ, 57,700 ਤੁਹਾਡੀ ਸਟਾਰਟਿੰਗ ਸੈਲਰੀ ਰਹੇਗੀ। ਟੈਕਨੀਕਲ ਆਫਿਸਰ ਦੀ ਵੈਕੈਂਸੀ ਹੈ ਜੀ, ਦੋ ਪੋਸਟ ਆਊਟ ਕੀਤੀਆਂ ਗਈਆਂ ਨੇ, 56,000 ਤੁਹਾਡੀ ਸੈਲਰੀ ਰਹੇਗੀ। ਉਸ ਤੋਂ ਬਾਅਦ ਮੈਡੀਕਲ ਆਫਿਸਰ ਦੀ ਵੈਕੈਂਸੀ ਹੈ ਜੀ, ਜਿਸ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ, ਅਤੇ ਇਸਦੇ ਵਿੱਚ ਵੀ 56,000 ਤੁਹਾਡੀ ਸੈਲਰੀ ਜਿਹੜੀ ਹੈ ਉਹ ਰਹਿਣ ਵਾਲੀ ਹੈ। ਅਸਿਸਟੈਂਟ ਐਗਜੀਕਿਊਟਿਵ ਦੀ ਪੋਸਟ ਹੈ ਜੀ, ਇੱਕ ਪੋਸਟ ਆਊਟ ਕੀਤੀ ਗਈ ਹੈ, ਠੀਕ ਹੈ ਜੀ, ਸਿਵਲ ਦੀ, ਅਤੇ ਜਿਸ ਦੇ ਵਿੱਚ 56,000 ਸੈਲਰੀ ਰਹੇਗੀ। ਜੂਨੀਅਰ ਅਕਾਊਂਟ ਆਫਿਸਰ ਦੀ ਤੁਹਾਡੀ ਇੱਕ ਪੋਸਟ ਆਊਟ ਕੀਤੀ ਗਈ ਹੈ, ਠੀਕ ਹੈ ਜੀ, ਜਿਸ ਦੇ ਵਿੱਚ 35,400 ਤੁਹਾਡੀ ਸੈਲਰੀ ਰਹੇਗੀ। ਅਸਿਸਟੈਂਟ ਸਪੋਰਟ ਆਫਿਸਰ ਦੀ ਇੱਕ ਵੈਕੈਂਸੀ ਹੈ ਜੀ, ਜਿਸ ਦੇ ਵਿੱਚ 35,400 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਜੀ। ਉਸ ਤੋਂ ਬਾਅਦ ਜੂਨੀਅਰ ਹਿੰਦੀ ਟ੍ਰਾਂਸਲੇਟਰ ਟ੍ਰਾਂਸਲੇਸ਼ਨ ਆਫਿਸਰ ਦੀ ਇੱਕ ਵੈਕੈਂਸੀ ਹੈ, ਜਿਸ ਦੇ ਲਈ 35,400 ਸੈਲਰੀ ਰਹੇਗੀ। ਜੂਨੀਅਰ ਟੈਕਨੀਕਲ ਸੁਪਰਡੈਂਡੈਂਟ ਦੀ ਵੈਕੈਂਸੀ ਹੈ, ਈਈ ਦੀ ਇੱਕ ਪੋਸਟ ਹੈ, 35,400 ਸੈਲਰੀ ਦੇਵੇਗੀ। ਜੂਨੀਅਰ ਇੰਜੀਨੀਅਰ ਦੇ ਲਈ ਤੁਹਾਡੀਆਂ ਦੋ ਪੋਸਟਾਂ ਨੇ, ਸਿਵਲ ਅਤੇ ਇਲੈਕਟ੍ਰੀਕਲ ਅਲੱਗ ਅਲੱਗ ਨੇ। ਸੀਨੀਅਰ ਲਾਇਬ੍ਰੇਰੀ ਇਨਫੋਰਮੇਸ਼ਨ ਅਸਿਸਟੈਂਟ ਦੀ ਹੈ ਜੀ, 35,400 ਸਟਾਰਟਿੰਗ ਸੈਲਰੀ ਰਹੇਗੀ, ਇੱਕ ਪੋਸਟ ਆਊਟ ਕੀਤੀ ਗਈ ਹੈ। ਲਾਇਬ੍ਰੇਰੀ ਇਨਫੋਰਮੇਸ਼ਨ ਅਸਿਸਟੈਂਟ ਦੀ ਵੈਕੈਂਸੀ ਹੈ, 29,200 ਸੈਲਰੀ ਰਹੇਗੀ, ਇੱਕ ਪੋਸਟ ਆਊਟ ਕੀਤੀ ਗਈ ਹੈ। ਹੋਸਪਿਟੈਲਿਟੀ ਸੁਪਰਵਾਈਜ਼ਰ ਦੀ ਪੋਸਟ ਹੈ ਜੀ, ਇੱਕ ਪੋਸਟ ਆਊਟ ਕੀਤੀ ਗਈ ਹੈ, 29,200 ਤੁਹਾਡੀ ਸੈਲਰੀ ਰਹਿਣ ਵਾਲੀ ਹੈ। ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ ਦੀ ਪੋਸਟ ਹੈ ਜੀ, ਜਿਹਦੇ ਵਿੱਚ ਇੱਕ ਵੈਕੈਂਸੀ ਆਊਟ ਕੀਤੀ ਗਈ ਹੈ, 29,200 ਤੁਹਾਡੀ ਸੈਲਰੀ ਦੇਵੇਗੀ। ਜੂਨੀਅਰ ਅਸਿਸਟੈਂਟ ਦੀ ਵੈਕੈਂਸੀ ਹੈ, ਅਕਾਊਂਟਸ ਦੀ ਦੋ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ, 21,700 ਸਟਾਰਟਿੰਗ ਸੈਲਰੀ ਹੈ। ਜੂਨੀਅਰ ਅਸਿਸਟੈਂਟ ਦੀ ਪੋਸਟ ਹੈ, ਦੋ ਵੈਕੈਂਸੀਜ਼ ਆਊਟ ਹੋਈਆਂ ਨੇ, 21,700 ਤੁਹਾਡੀ ਸੈਲਰੀ ਰਹੇਗੀ। ਜੂਨੀਅਰ ਲੈਬ ਅਟੈਂਡੈਂਟ ਅਸਿਸਟੈਂਟ ਦੀ ਪੋਸਟ ਹੈ ਜੀ, ਜਿਸਦੇ ਵਿੱਚ 21,700 ਤੁਹਾਡੀ ਸਟਾਰਟਿੰਗ ਸੈਲਰੀ ਰਹਿਣ ਵਾਲੀ ਹੈ। 10/7/2024 ਸ਼ਾਮ 5 ਵਜੇ ਤੱਕ ਤੁਸੀਂ ਜਿਹੜਾ ਇਹਦੇ ਲਈ ਅਪਲਾਈ ਕਰਨਾ ਹੋਵੇਗਾ। ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ, ਔਨਲਾਈਨ ਹੀ ਅਪਲਾਈ ਕਰਨਾ ਹੈ। ਹਰ ਇੱਕ ਪੋਸਟ ਦੇ ਲਈ ਉਹਨਾਂ ਨੇ ਨਾਲ ਨਾਲ ਜਿਹੜਾ ਸਭ ਕੁਝ ਲਿਖਿਆ ਹੋਇਆ ਕੀ ਰਿਕੁਆਇਰਮੈਂਟ ਤੁਹਾਡੀ ਇਸ ਦੇ ਵਿੱਚ ਰਹਿਣ ਵਾਲੀ ਹੈ ਜੀ, ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਇਸ ਵਿੱਚ ਗ੍ਰੈਜੂਏਸ਼ਨ ਬੀਈ, ਬੀਟੈਕ, ਐਮਸੀਏ, ਬੀਸੀਏ ਵਾਲੇ ਕੈਂਡੀਡੇਟ, ਪੋਸਟ ਗ੍ਰੈਜੂਏਸ਼ਨ ਵਾਲੇ, ਮਾਸਟਰ ਡਿਗਰੀ ਵਾਲੇ ਕੈਂਡੀਡੇਟ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਜੀ। ਸਾਰੀਆਂ ਪੋਸਟਾਂ ਦਾ ਵੇਰਵਾ ਨੀਚੇ ਦਿੱਤਾ ਹੀ ਹੋਇਆ ਹੈ ਜੀ, ਠੀਕ ਹੈ ਜੀ। ਇਸ ਦੇ ਵਿੱਚ ਔਨਲਾਈਨ ਅਪਲਾਈ ਕਰਨਾ ਤੁਸੀਂ, ਇਹ ਲਿੰਕ ਤੁਹਾਨੂੰ ਇੱਥੇ ਮਿਲ ਜਾਏਗਾ। ਔਰ ਪੰਜਾਬ ਰੋਪੜ ਦੇ ਵਿੱਚ ਇਹ ਵੈਕੈਂਸੀ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ, ਮੈਂ ਤੁਹਾਨੂੰ ਨੋਟੀਫਿਕੇਸ਼ਨ ਪ੍ਰੋਪਰ ਦਿਖਾ ਵੀ ਦੇਣਾ ਹੈ ਜੀ। ਇਹ ਨੋਟੀਫਿਕੇਸ਼ਨ ਹੈਗਾ ਦਾ ਇੰਡੀਅਨ ਇੰਸਟੀਟਿਊਟ ਆਫ ਟੈਕਨੋਲੋਜੀ ਰੋਪੜ, ਨੋਨ ਟੈਕਨੀਕਲ ਸੋਰੀ ਨੋਨ ਟੀਚਿੰਗ ਵੈਕੈਂਸੀਜ਼ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰਨਾ। ਸਾਰੇ ਲਿੰਕ ਡਿਸਕ੍ਰਿਪਸ਼ਨ 'ਚ ਤੁਹਾਨੂੰ ਦੇ ਦਿੱਤਾ ਗਿਆ ਹੈ ਜੀ, ਚੈੱਕ ਕਰਕੇ ਅਪਲਾਈ ਕਰ ਲੈਣਾ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।